ਕਿਧਰੋਂ ਆਏ ਹੋ? ਮਸਜਿਦ ਤੋਂ। ਸਭ ਕੁਝ ਪੜਨ ਗਏ ਹੋ? ਤਾਰਾ ਤੂੰ ਤੇ ਪਿੱਛੇ ਬਾਬਲਪੁਰ ਨਹੀਂ ਗਈ ਦੀ? ਗਈ ਹਾਂ। ਹੋ ਆਈ ਹੈ? ਕੀ ਲੈਣ ਗਈ ਹੈ? ਹੈਂ? ਹਾਂ ਵੀ ਮੁਜੰਬਲ, ਤੂੰ ਵੀ ਹੋਇਆ ਬਾਬਲਪੁਰ? ਮੇਰੇ ਵਾਸਤੇ ਕੀ ਲੈ ਕੇ ਆਇਆ ਹੈਂ? ਹਲੇ ਕੁਛ ਵੀ ਨਹੀਂ। ਕਿਉਂ, ਕਿੱਦਣ ਦੇ ਆਏ ਹੋ? ਕੱਲ ਦੇ। ਕੱਲ ਸ਼ਾਮੀ ਕਿ ਸਵੇਰੇ? ਸਵੇਰੇ। ਕੀ ਹੋਇਆ ਇਹਨੂੰ? ਹੈਂ? ਉਹ ਤੇਰਾ ਪਲਾ ਜੀ, ਫੜ ਇਹਨੂੰ, ਫੜ 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 ਫੜ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ? ਮੈਂ ਜੀ ਤੁਹਾਡਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ, ਅਤੇ ਤੁਸੀਂ ਵੇਖਣ ਦਿਓ ਮੇਰਾ ਯੂਟਿਊਬ ਚੈਨਲ ਆਪਣਾ ਪੰਜਾਬੀ ਵਿਲਾਗ। ਡੇਰੇ ਦੇ ਉੱਪਰ ਜਨਾਬ ਖਲੋਤੇ ਹਾਂ, ਅਤੇ ਸੁਬਹਾ ਸੁਬਹਾ ਦਾ ਵਕਤ, ਜਾਨਵਰਾਂ ਦੇ ਆਪਣਾ ਚਾਰਾ ਖਾਣ ਦਾ, ਦੁੱਧ ਦੋਣ ਦਾ ਜਿਹੜਾ ਟਾਈਮ ਉਹ ਹੋ ਗਿਆ। ਅਤੇ ਸਭ ਤੋਂ ਪਹਿਲਾਂ ਅਸੀਂ ਜੀ ਡੇਰੇ ਦੇ ਆਪਣਾ ਸੈਰੋ ਤਫਰੀਹ ਕਰਾਂਗੇ, ਫਿਰ ਤੁਰਾਂਗੇ ਡੇਰੇ ਦੇ ਉੱਪਰ, ਉਸ ਤੋਂ ਬਾਅਦ ਜਾਨਵਰਾਂ ਦੇ ਜਨਾਬ ਧਾਰ ਜਿਹੜੀ ਉਹ ਕੱਢਾਂਗੇ। ਸਭ ਤੋਂ ਪਹਿਲਾਂ ਭੇਡ ਦੀ ਧਾਰ ਕੱਢਾਂਗੇ, ਵੇਖਾਂਗੇ ਜਾਨਵਰ ਆਪਣੀ ਆਪਣੀ ਜਗ੍ਹਾ 'ਤੇ ਬਿਲਕੁਲ ਠੀਕ ਠਾਕ ਨੇ। ਅਤੇ ਚਲੋ ਜੀ ਚੱਲਦੇ ਆਪਣੇ ਕੰਮ ਦੀ ਤਰਫ। ਕੀ ਹੋਇਆ? ਕੁਛ ਜਾਣ ਨੂੰ ਹੋਇਆ, ਜਾਣ ਕਿਸੇ ਨੇ ਮਾਰਿਆ, ਜਾਂ ਤੇ ਕੋਈ ਜਾਨਵਰ ਨੂੰ ਹਮਲਾ। ਛੱਡਾ ਥੱਲੇ ਥੱਲੇ ਛੱਡਾ, ਪਤਾ ਨਹੀਂ ਯਾਰ ਕੀ ਹੋ ਗਿਆ, ਬਤਖਾ ਜਿਹੜਾ ਵੇ ਨਾ ਬੜਾ ਲੰਘਾ ਕੇ ਚੱਲਣ ਡਿਆ ਵੇ, ਅਤੇ ਲੱਗਦਾ ਜਾਂ ਤਾਂ ਕਿਸੇ ਕੁੱਤੇ ਨੇ, ਕਿਸੇ ਜਾਨਵਰ ਨੇ ਇਹਨੂੰ ਆਪਣਾ ਹਮਲਾ ਕੀਤਾ, ਅਤੇ ਜਾਂ ਕਿਸੇ ਨੇ ਬੱਚੇ ਨੇ ਨਾ ਇਹਨੂੰ ਕੋਈ ਚੀਜ਼ ਮਾਰੀ, ਜਿਹਦੀ ਵਜ੍ਹਾ ਤੋਂ ਵਿਚਾਰਾ ਬੜਾ ਮੁਸ਼ਕਲਾਂ ਦਾ ਸ਼ਿਕਾਰ ਹੈ ਚੱਲਣ। ਚੱਲ ਹਮਈ, ਚੱਲ 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 ਚੱਲ, ਦੇਖਣ ਦੇ ਵਿਚਾਰੇ ਕੋਲ ਚੱਲਿਆ ਨਹੀਂ ਜਾਣ ਡਿਆ ਦਾ। ਚੱਲ ਚੱਲ ਚੱਲ, ਅਤੇ ਯੇ ਬੋ ਫੜਾ ਇਹਨੂੰ, ਕੀ ਕਰਨ ਡਿਆ ਹੀ ਹੈ? ਵੇਖ ਕਿਹੜੀ ਲੱਤ ਦਾ ਮਸਲਾ ਬਣਿਆ। ਤਈਬ ਦੀ ਧੋਣ ਡਿਆ ਵੇ ਡੋਲ, ਅਤੇ ਡੋਲ ਧੋਲੇਗਾ ਅਤੇ ਜਨਾਬ ਅਸੀਂ ਦੋਵੇਂ ਮਿਲ ਕੇ ਅਤੇ ਚੁਵਾਂਗੇ ਭੇਡ। ਤਈਬ ਦੁੱਧ ਕਿੰਨਾ ਦਿੰਦੀ ਹੈ ਭੇਡ? ਕਿਲੋ ਡੇਢ ਕਿਲੋ ਦੁੱਧ ਦਿੰਦੀ ਹੈ, ਅਤੇ ਜਨਾਬ ਅੱਜ ਭੇਡ ਦਾ ਦੁੱਧ ਚੁਣਨੇ ਆ ਮਜ਼ੇ ਮਜ਼ੇ ਵਾਲਾ। ਹਾਂਜੀ, ਧੋਇਆ ਬਰਤਨ? ਧੋ ਲਓ। ਚੱਲ ਠੀਕ ਹੈ, ਜਲਦੀ ਘਰ ਚੱਲੀਏ। ਇਹ ਜੀ ਭੇਡਾਂ ਨੇ, ਇਹਨਾਂ ਦਾ ਅਸੀਂ ਦੋਣਗੇ ਆ ਦੁੱਧ, ਅਤੇ ਤਈਬ ਕੱਢੇਗਾ ਜੀ ਧਾਰ। ਅਤੇ ਤਈਬ ਸਾਹਿਬ ਧਾਰ ਕੱਢ ਕੇ ਦੱਸੋ ਆਪਣਾ ਕਿੰਨਾ ਦੁੱਧ ਜਿਹੜੀ ਇਹਨਾਂ ਦਿੰਦੀ ਹੈ, ਦੋਸਤਾਂ ਨੂੰ ਦੱਸੀਏ ਕਿ ਜਨਾਬ ਵੇਖ ਲਓ ਦੁੱਧ ਜਿਹੜਾ ਅਸੀਂ ਇਹਦਾ ਢੇਰਾਂ ਦੇ ਨਾਲ ਇਕੱਠਾ ਕਰ ਲਿਆ ਜੀ। ਮਾਸ਼ਾਅੱਲਾ, ਭੇਡ ਦਾ ਬਹਾਨਾ ਚੈੱਕ ਕਰੋ ਜੀ, ਉਹ ਜ਼ਬਰਦਸਤ ਚੋ
ਕਿਆ ਬਾਤ ਜੀ, ਇਹ ਤੇ ਕੱਢਣ ਡਿਆ ਜੀ ਤਾਰ। ਗੰਮਾ ਲੈ ਵੇ, ਗੰਮਾ ਲੈ ਇੱਥੇ ਲਾ ਲੈ, ਤਾਂ ਯਾਰ ਫੜ ਰਹਿ ਗਿਆ। ਕਿਆ ਬਾਤ, ਮਾਸ਼ਾਅੱਲਾ ਬੜੀ ਨਰਮ ਧਾਰ। ਨਲਕਾ ਜਿਹੜਾ ਨਾ ਉਹ ਗਿੜਨ ਦਾ, ਕਰੀਬ ਕਰਕੇ ਦੱਸੋ ਜੀ ਧਾਰ ਜੀ। ਕੱਢ ਹੁਣ ਤੂੰ ਜਰਾ ਧਾਰ, ਮੈਨੂੰ ਫੜਨਾ। ਬਲੋਚ ਡੋਲ ਪਰ ਨਹੀਂ, ਡੋਲ ਪਰ ਹੀ ਨਾ ਭਰਿਆ ਤੇ ਤੈਨੂੰ ਅਸੀਂ ਟੰਗ ਛੱਡਣਾ। ਇਹ ਭੇਡ ਨੇ ਦਿੱਤਾ ਤੇ ਹੁਣ ਅਸੀਂ ਚੋਵਾਂਗੇ ਇਸ ਤਰ੍ਹਾਂ। ਫਿਰ ਜਨਾਬ ਬੱਕਰੀ ਤੇ ਬੱਕਰੀ ਨੂੰ ਹੁਣ ਚੋਣੇ ਕਰਦੇ ਬੰਦ। ਲੱਤਾਂ ਮਾਰਨੀਆਂ ਨੇ ਤੇ ਬਾਲਟੀ ਵਾਜ, ਅਸੀਂ ਹੁਣ ਧਾਰ ਕੱਢਣ ਦੇ ਹਾਂ ਬੱਕਰੀ ਦੀ। ਇਹਦੀ ਜਰਾ ਥੋੜੀ ਥੋੜੀ ਧਾਰ ਜਿਹੜੀ ਹੈ ਨਾ ਉਹ ਸਖਤ ਹੈ। ਭੇਡ ਦੀ ਤਾਂ ਜਨਾਬ ਧਾਰ ਜਿਹੜੀ ਸੀ ਬੜੀ ਨਰਮ ਹੈ, ਇੰਝ ਹੀ ਜਿਸ ਤਰ੍ਹਾਂ ਜਨਾਬ ਨਲਕਾ ਕੱਢਣ ਦੇ ਹੈ। ਓਏ ਮੇਰੇ ਅੰਗੂਠੇ ਜਿਹੜੇ ਨਾ ਥੱਕ ਗਏ ਨੇ ਤੇ ਮੈਂ ਹੁਣ ਜਿਹੜਾ ਬਸ ਤਾਈ। ਕੀ ਗੱਲ, ਤੂੰ ਕਿਉਂ ਪਰੇਸ਼ਾਨ ਹੈ, ਕਿਉਂ ਪਰੇਸ਼ਾਨ ਹੈ? ਕਿਹਨੇ ਤੋੜੀ? ਲਓ ਹਮਲਾ ਆਪਣਾ, ਮੈਨੂੰ ਲੱਗਦਾ ਕਿ ਮੁਜਾਹਦ ਦਾ ਕੰਮ ਹੈ। ਹਾਂ ਕਿਹਦਾ ਕੰਮ ਹੈ? ਹੋਰ ਮੈਂ ਪੂਰਾ ਸਵਿਮਿੰਗ ਪੂਲ ਬਣਾਇਆ ਜਿਹਦੇ ਵਾਸਤੇ। ਮੇਰੀ ਅੱਜ ਦੀ ਵੀਡੀਓ ਹੋ ਗਈ ਮੁਕੰਮਲ। ਅਗਰ ਵੀਡੀਓ ਲੱਗੇ ਚੰਗੀ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ, ਘੁੱਟ ਕੇ ਦਬਾ ਦਿਓ। ਜਿੰਨੀ ਦੇਰ ਤੱਕ ਚੈਨਲ ਸਬਸਕ੍ਰਾਈਬ ਨਾ ਹੋਏ ਉਹਨੂੰ ਛੱਡਣਾ ਨਹੀਂ, ਤਾਂ ਕਿ ਮੇਰੀਆਂ ਅਗਲੀਆਂ ਵੀਡੀਓ ਜਿਹੜੀਆਂ ਤੁਹਾਨੂੰ ਉਹ ਫੁਰਲ ਫੁਰਲ ਕਰਦੀਆਂ ਮਿਲਦੀਆਂ ਰਹਿਣ। ਮੈਨੂੰ ਦਵਾਈ ਇਜਾਜ਼ਤ, ਖੁਸ਼ ਰਹੋ, ਆਬਾਦ ਰਹੋ, ਅੱਲਾ ਹਾਫਿਜ਼।